स्टार्ट हो गया। फुल सब तो वड्डी गल तुसीं सुन के हैरान हो गए, पहली बार मैं आना फीचर आया होना ट्रैक्टरां दे विच। ट्रैक्टर दे विच भी जट्टो क्रूज कंट्रोल देता जिवें गड्डियां च आपां। हाँ जी, वीडियो वेखण वाले सारे भरावां नूं प्यार भरी सति श्री अकाल जी, स्वागत है एक होर नवीं वीडियो दे विच। ते अज आपां पहुंचे हां करनाल SS कारपोरेशन ड्यूज़ फार दी एजेंसी दे विच, जिथे कि अपने पिछे ड्यूज़ फार दे बिल्कुल नवें मॉडल जिहड़े कंपनी ने लॉन्च किए ने उह खड़े होए ने। ते जिहड़ा सामने तुसीं मॉडल इस टाइम वेंदे पए हो ड्यूज़ फार 4080 एग्रो मैक्स, ਇਹ ਮਾਡਲ ਦੇ ਬਾਰੇ ਅੱਜ ਤੁਹਾਨੂੰ ਸਾਰੀ ਡਿਟੇਲਸ ਅਸੀਂ ਦਿਆਂਗੇ। ਪਹਿਲਾਂ ਦੱਸ ਦੇਣਾ ਚਾਹੁੰਦੇ ਹਾਂ ਵੀ ਇਹ ਮਾਡਲ ਜਿਹੜਾ ਤੁਸੀਂ ਸਾਹਮਣੇ ਅੱਜ ਵੇਖਿਆ ਏ, ਇਹ ਪਹਿਲਾਂ ਕੰਪਨੀ ਸਿਰਫ ਇਹਨੂੰ ਬਾਹਰ ਹੀ ਐਕਸਪੋਰਟ ਕਰਦੀ ਸੀ, ਫੋਰਨ ਕੰਟਰੀਆਂ ਦੇ ਵਿੱਚ ਜਾਂਦਾ ਸੀ। ਇੰਡੀਆ ਦੇ ਵਿੱਚ ਹੁਣ ਹੀ ਆਇਆ ਆ ਟਰੈਕਟਰ ਕਰਨਾਲ 'ਚ, ਇਸ ਟਾਈਮ ਪਹਿਲਾ ਟਰੈਕਟਰ ਆਇਆ ਅੱਜ, ਅਤੇ ਇਹਦਾ ਆਪਾਂ ਰਿਵਿਊ ਕਰਾਂਗੇ। ਕਰਾਂਗੇ ਡਿਊਜ਼ ਫਾਰ 80 HP ਦਾ ਵੀ, ਪਰ ਉਹ ਅਲੱਗ ਵੀਡੀਓ 'ਤੇ ਇਦੋਂ ਨੈਕਸਟ ਪਾਰਟ ਹੋਏਗਾ। ਪਹਿਲਾਂ ਤੁਹਾਨੂੰ ਡਿਊਜ਼ ਫਾਰ 4080 ਦੇ ਬਾਰੇ ਅਸੀਂ ਸਾਰੀ ਡਿਟੇਲਸ ਦਿਆਂਗੇ, ਇਹਦੇ 'ਤੇ ਇਹਦੇ ਵਿੱਚ ਕੀ ਫਰਕ ਹੈ ਫੀਚਰਾਂ ਦਾ, ਸਾਰੇ ਡਿਫਰੈਂਸ ਦੱਸਾਂਗੇ, ਕਿੰਨੀ HP ਦਾ ਹੈ, ਕੀ PTO HP ਹੈ, ਕੀ ਲਿਫਟ ਕਪੈਸਿਟੀ ਹੈ, ਅਤੇ ਕੀ ਨਵੇਂ ਇੰਜਨ ਆਏ ਨੇ। ਮਤਲਬ ਜਿਵੇਂ ਨਵਾਂ ਇੰਜਨ ਹੀ ਸਾਰਾ ਚੇਂਜ ਕਰਤਾ CIDI ਦੇ ਵਿੱਚ, ਫਾਰ ਮੋਸ਼ਨ ਮਾਡਲ ਹੈ ਇੰਜਨ ਦਾ, ਅਤੇ CIDI ਦੇ ਵਿੱਚ ਆਉਂਦਾ ਹੈ ਜੀ ਇਹ, ਕਿਉਂਕਿ ਜਿਹੜੇ ਪੁਰਾਣੇ ਇੰਜਨ ਸਨ ਸਾਰੇ, ਸਭ ਨੂੰ ਪਤਾ ਵੀ ਗੌਰਮੈਂਟ ਦੀਆਂ ਪੋਲਿਸੀਆਂ ਕਰਕੇ ਜਿਹੜੇ ਇੰਜਨ ਪੁਰਾਣੇ ਹਨ ਉਹ ਸਾਰੇ ਚੇਂਜ ਕਰਤੇ ਨੇ। 50-55 HP ਦੇ ਉੱਤੇ ਜਿਹੜਾ ਵੀ ਟਰੈਕਟਰ ਆਏਗਾ ਉਹ CIDI ਹੀ ਆਏਗਾ, ਅਤੇ ਨੋਰਮਲ ਇੰਜਨ ਹੁਣ ਆਪਾਂ ਨੂੰ ਨਹੀਂ ਮਿਲਣਗੇ ਮਾਰਕੀਟ ਦੇ ਵਿੱਚ। ਅਤੇ ਬਾਕੀ ਟਰੈਕਟਰ ਦੀ ਲੁੱਕ ਤੁਸੀਂ ਫਰੰਟ ਤੋਂ ਆਪਾਂ ਸਟਾਰਟ ਕਰਦੇ ਹਾਂ, ਜਿਵੇਂ ਪਹਿਲਾਂ ਸਿਰਫ ਆਪਾਂ ਨੂੰ ਇਹਦੇ ਵਿੱਚ ਜਿਹੜਾ ਡਿਊਜ਼ ਫਾਰ 80-70 ਹੁੰਦਾ ਸੀ ਉਹਦੇ ਵਿੱਚ ਜਿਹੜੀਆਂ ਸਿੰਪਲ ਲਾਈਟਾਂ ਮਿਲਦੀਆਂ ਹੁੰਦੀਆਂ ਹਨ, ਪਰ ਇਹਦੇ ਵਿੱਚ ਕੰਪਨੀ ਨੇ 4 ਦੇ 4 ਹੀ ਆਪਾਂ ਨੂੰ ਪ੍ਰੋਜੈਕਟਰ ਹੈੱਡਲੈਂਪ ਜਿਹੜੇ ਦਿੱਤੇ ਨੇ। ਅਤੇ ਪ੍ਰੋਜੈਕਟਰ ਹੈੱਡਲੈਂਪ ਲਾ ਲਓ ਵੀ ਮਤਲਬ ਬੜੀ ਮਹਿੰਗੀ ਕੀਮਤ ਦੀ ਗੱਡੀ ਲਈਏ ਤਾਂ ਆਪਾਂ ਨੂੰ ਉਹਦੇ ਵਿੱਚ ਮਿਲਦੇ ਨੇ, ਸਸਤੀ ਕੋਈ ਵੀ ਕਾਰ ਲੈ ਲਈਏ ਤਾਂ ਹੈਲੋਜਨ ਲਾਈਟਾਂ ਮਿਲਦੀਆਂ ਨੇ, ਪਰ ਇਹ ਟਰੈਕਟਰ ਦੇ ਵਿੱਚ ਇਹ ਚੀਜ਼ ਆਈ ਹੈ। ਅਤੇ ਹੋਰ ਵੀ ਬੜੇ ਜ਼ਿਆਦਾ ਫੀਚਰ ਨੇ ਵੀ ਜਿਹੜੇ ਕਾਰਾਂ 'ਚ ਆਪਾਂ ਨੂੰ ਮਤਲਬ ਘੱਟ ਤੋਂ ਘੱਟ ਵੀ ਆਪਾਂ 20-25 ਲੱਖ ਰੁਪਇਆ ਕਾਰ ਤਾਂ ਲਈਏ ਤਾਂ ਉਹਦੇ 'ਚ ਮਿਲਦੇ ਨੇ, ਪਰ ਉਹ ਇਸ ਕੰਪਨੀ ਨੇ ਟਰੈਕਟਰ ਦੇ ਵਿੱਚ ਸਾਰੇ ਫੀਚਰ ਪਾ ਦਿੱਤੇ ਨੇ। ਸਾਹਮਣੇ ਡਿਊਜ਼ ਫਾਰ ਦਾ ਲੋਗੋ ਆ ਜਾਂਦਾ, ਜਿਵੇਂ ਪੁਰਾਣੇ ਮਾਡਲਾਂ ਦੀ ਜਿਹੜੀ ਉੱਪਰ ਵਾਲੀ ਜਾਲੀ ਹੁੰਦੀ ਸੀ ਉਹ ਵੀ ਬਲੈਕ ਆਉਂਦੀ ਸੀ, ਪਰ ਇਹਦੇ ਵਿੱਚ ਬਲੈਕ ਨਹੀਂ ਮਿਲੇਗੀ, ਇਹਦੇ 'ਚ ਆਪਾਂ ਨੂੰ ਜਿਹੜਾ ਸ਼ੋਅ ਦੇ ਨਾਲ ਗ੍ਰੀਨ ਪੇਂਟ ਗ੍ਰੀਨ ਹੀ ਮਿਲੇਗਾ। ਸਾਈਡਾਂ ਤੋਂ ਜਿਹੜੀ ਲੁੱਕ ਹੈ, ਸਾਈਡਾਂ ਦੀ ਲੁੱਕ ਸਾਰੀ ਟੋਟਲ ਮਤਲਬ ਲਾ ਲਓ ਵੀ ਉੱਧਰ 80 HP ਵੀ ਖਲੋਤਾ, ਉਹਦੀ ਤੁਸੀਂ ਸ਼ੋਅ ਵੇਖ ਸਕਦੇ ਹੋ। ਇੱਧਰ ਆਪਣੇ ਡਿਊਜ਼ ਫਾਰ 4080 ਖੜਾ, ਅਤੇ ਇਹਦੀ ਵੀ ਤੁਸੀਂ ਵੇਖ ਸਕਦੇ ਹੋ ਸਾਰੀ ਮਤਲਬ ਟੋਟਲੀ ਹੀ ਲੁੱਕ ਚੇਂਜ ਹੈ। ਅਤੇ ਜਿਵੇਂ ਉਹਦੀ ਜੇ ਆਪਾਂ ਸ਼ੋਅ ਵੇਖੀਏ ਥੋੜ੍ਹੀ ਜਿਹੀ ਡਾਊਨ ਹੁੰਦੇ, ਅਤੇ ਇਹਦੀ ਜਿਹੜੀ ਸ਼ੋਅ ਹੈ ਮਤਲਬ ਲਾ ਲਓ ਵੀ ਕੰਪਨੀ ਨੇ ਪਹਿਲਾਂ ਤੋਂ ਥੋੜ੍ਹੀ ਜਿਹੀ ਉੱਪਰ ਚੱਕ ਦਿੱਤੀ ਹੈ, ਅੱਗੇ ਡਿਊਜ਼ ਫਾਰ ਮੈਂਸ਼ਨ ਵੀ ਕੀਤਾ ਹੋਇਆ ਕੰਪਨੀ ਨੇ, ਨਾਮ ਹੀ ਲਿਖਿਆ ਹੋਇਆ। ਅਤੇ ਸਾਈਡ ਦੀ ਆਪਾਂ ਗੱਲ ਕਰਦੇ ਪਏ ਸਾਂ, ਸਾਈਡ 'ਤੇ ਆ ਜਾਂਦੇ ਡਿਊਜ਼ ਫਾਰ ਦਾ, ਫਿਰ ਥੱਲੇ ਵੀ ਲੋਗੋ ਆ ਜਾਂਦਾ, ਉੱਪਰ ਮਾਡਲ ਨੇਮ ਅਤੇ ਐਗਰੋਮੈਕਸ ਆ ਜਾਂਦਾ ਹੈ ਜੀ। ਅਤੇ ਮਰਗਾਡਾਂ ਦੀ ਗੱਲ ਕਰੀਏ, ਮਰਗਾਡ ਜਿਵੇਂ ਪਹਿਲਾਂ ਇਹ ਦਰਅਸਲ ਟਰੈਕਟਰ ਜਿਹੜਾ ਇਹ 4080E ਇਹ 75 HP ਦੇ ਕੈਟਾਗਰੀ ਦੇ ਟਰੈਕਟਰ ਆਉਂਦਾ, ਜਿਹੜਾ ਪਹਿਲਾਂ ਆਉਂਦਾ ਸੀ 70 HP ਆਉਂਦਾ ਸੀ ਉਹ, ਪਰ ਉਹ ਹੁਣ ਸ਼ਾਇਦ ਆਪਾਂ ਨੂੰ ਨਾਮ ਹੀ ਲੱਗੇ ਕੰਟੀਨਿਊ। ਅਤੇ ਉਹਦੇ ਮਰਗਾਡ ਸਨ ਜਿਹੜੇ ਫਲੈਟ ਸਨ ਸਿੱਧੇ ਬਿਲਕੁਲ, ਅਤੇ ਇਹਦੇ ਜਿਹੜੇ ਮਰਗਾਡ ਨੇ ਕੰਪਨੀ ਨੇ ਚੇਂਜ ਕਰਦੇ ਨੇ, ਜਿਵੇਂ 80 HP ਦੇ ਹੁੰਦੇ ਸਨ ਉਵੇਂ ਹੀ ਸੇਮ ਚੀਜ਼ ਆ ਗਈ। ਬੈਕ ਲੁੱਕ ਦੀ ਗੱਲ ਕਰਦੇ ਹਾਂ, ਪਿੱਛੇ ਆ ਜਾਓ ਜੀ, ਬੈਕ ਲੁੱਕ ਦੀ ਗੱਲ ਕਰਦੇ ਹਾਂ, ਬੈਕ ਲੁੱਕ ਵੀ ਸਾਰੀ ਚੇਂਜ ਹੈ। ਬੈਕ ਲੁੱਕ ਵੀ 80 HP ਵਰਗਾ ਕਰਤਾ ਸਾਰਾ ਸਿਸਟਮ, ਪਿੱਛੇ ਜਿਹੜੇ ਸਾਈਡ ਵਾਲਾ ਸਿਸਟਮ ਇਹ ਪੂਰੀ ਹੈਵੀ ਫਾਈਬਰ ਲਾ ਕੇ ਦਿੱਤੀ ਹੋਈ ਹੈ, ਪਿੱਛੇ ਰਿਫਲੈਕਟਰ ਆ ਜਾਂਦਾ, ਬੈਕ ਲੈਂਪ ਆ ਜਾਂਦੇ ਨੇ, ਸੀਟ ਦੇ ਪਿੱਛੇ ਵੀ ਰਿਫਲੈਕਟਰ ਆ ਜਾਂਦਾ ਵਾਰਨਿੰਗ, ਅਤੇ PTO ਵਗੈਰਾ ਦੇ ਗਾਰਡ ਵਗੈਰਾ ਮਤਲਬ ਲਾ ਲਓ ਵੀ ਬਹੁਤ ਵਧੀਆ ਬਣਾ ਕੇ ਦਿੱਤੇ ਨੇ। ਬਾਕੀ ਜਿਹੜੇ ਪਿਛਲੇ ਹਿੱਸੇ ਦੇ ਫੀਚਰ ਨੇ ਉਹ ਅੱਗੇ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨੇ ਆ। ਦੋਵਾਂ ਸਾਈਡਾਂ 'ਤੇ ਆਪਾਂ ਨੂੰ ਜਿਹੜਾ ਇਹਦਾ ਇਹ ਰਿਫਲੈਕਟਰ ਮਿਲ ਜਾਂਦਾ। ਅਤੇ ਹੁਣ ਆਪਾਂ ਚੱਲਦੇ ਹਾਂ ਟਰੈਕਟਰ ਦੇ ਅੱਗੇ ਦੁਬਾਰਾ, ਅਤੇ ਸਾਰੀ ਤੁਹਾਨੂੰ ਇੰਜਨ ਦੀ ਇਨਫੋਰਮੇਸ਼ਨ ਦਿੰਦੇ ਹਾਂ, ਇੰਜਨ ਦੇ ਵਿੱਚ ਕੀ ਚੇਂਜ ਆਏ ਨੇ ਕੀ ਨਹੀਂ, ਉਸ ਤੋਂ ਬਾਅਦ ਪਲੇਟਫਾਰਮ 'ਤੇ ਆਵਾਂਗੇ, ਬੈਕ ਹਿੱਸੇ 'ਤੇ ਆਵਾਂਗੇ, ਇਕੱਲੀ ਇਕੱਲੀ ਤੁਹਾਨੂੰ ਡਿਟੇਲ ਦਿਆਂਗੇ ਵੀਡੀਓ ਦੇ ਨਾਲ ਬਣੇ ਰਹੋ। ਅਤੇ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣ, ਅਤੇ ਵੀਡੀਓ ਨੂੰ ਸ਼ੇਅਰ ਵੀ ਕਰ ਦੇਣ, ਤਾਂ ਕਿ ਹੋਰ ਵੀ ਜ਼ਿਮੀਦਾਰ ਭਰਾਵਾਂ ਨੂੰ ਜਿਹੜੀ ਇਹ ਵੀ ਇਸ ਨਵੇਂ ਮਾਡਲ ਦੀ ਜਾਣਕਾਰੀ ਜਿਹੜੀ ਹੈ ਪ੍ਰਾਪਤ ਹੋ ਸਕੇ, ਜਿਹੜੇ ਵੀਰ ਟਰੈਕਟਰ ਡਿਊਜ਼ ਫਾਰ ਨੂੰ ਲੈਣਾ ਚਾਹੁੰਦੇ ਨੇ। ਅਤੇ ਆਓ ਫਿਰ ਅੱਗੇ ਚੱਲਦੇ ਹਾਂ, ਕਰੀਏ ਦੀ ਬੋਨਟ ਓਪਨ ਕਰਦੇ ਹਾਂ ਆਪਾਂ। ਬੋਨਟ ਓਪਨ ਕਰਨ ਤੋਂ ਬਾਅਦ ਫਿਰ ਤੁਹਾਨੂੰ ਇੰਜਨ ਦੇ ਸਾਰੇ ਫੀਚਰ ਸਮਝਾਉਂਦੇ ਹਾਂ। ਬੋਨਟ ਓਪਨ ਇਹਦਾ ਚਾਬੀ ਦੇ ਨਾਲ ਹੀ ਹੋਏਗਾ, ਲੋਕ ਸਿਸਟਮ ਕੰਪਨੀ ਨੇ ਇੱਕ ਸਾਈਡ 'ਤੇ ਦਿੱਤਾ ਹੋਇਆ। ਬੋਨਟ ਓਪਨ ਕਰਨ ਤੋਂ ਪਹਿਲਾਂ ਇੱਕ ਚੀਜ਼ ਹੋਰ ਦੱਸ ਦਈਏ, ਜਿਹੜੀ ਕੰਪਨੀ ਨੇ ਬੜੀ ਵਧੀਆ ਲਾ ਕੇ ਦਿੱਤੀ ਹੋਈ ਹੈ, ਅੱਜ ਕੱਲ੍ਹ ਜ਼ਿਮੀਦਾਰ ਭਰਾ ਜਿਹੜੇ ਡਿਮਾਂਡ ਵੀ ਬਹੁਤ ਕਰਦੇ ਨੇ ਵੀ ਬੈਟਰੀ ਵਾਲਾ ਕੱਟ, ਇਹ ਆਪਾਂ ਬਾਹਰੋਂ ਮਾਰਕੀਟ 'ਚੋਂ ਲਵਾਂਗੇ, ਕੰਪੈਨ ਵਾਲਾ ਮਿਲੇਗਾ ਜਾਂ ਟਰੱਕ ਵਾਲਾ ਮਿਲੇਗਾ, ਉਹ ਬਹੁਤ ਨਾ ਜ਼ਿਆਦਾ ਉਹਦਾ ਸਾਈਜ਼ ਬੜਾ ਵੱਡਾ ਹੋ ਜਾਂਦਾ, ਜੇ ਉਹਨੂੰ ਆਪਾਂ ਬਾਹਰੋਂ ਕਿਤੇ ਟਰੈਕਟਰ 'ਤੇ ਲਵਾਉਂਦੇ ਵੀ ਹਾਂ ਤਾਂ ਉਹ ਭੈੜਾ ਲੱਗਦਾ ਲੱਗਾ ਹੋਇਆ, ਇੰਨਾ ਜ਼ਿਆਦਾ ਜੱਚਦਾ ਨਹੀਂ ਕੰਮ। ਅਤੇ ਇੱਥੋਂ ਹੀ ਆਪਾਂ ਇਹਨੂੰ ਕੱਟ ਦੇਣਾ ਬੈਟਰੀ ਨੂੰ, ਸਾਰਾ ਕਨੈਕਸ਼ਨ ਕੱਟਿਆ ਜਾਣਾ, ਕੋਈ ਲੀਡ ਖੋਲਣ ਦੀ ਲੋੜ ਕੋਈ ਮਤਲਬ ਪੰਗਾ ਤਾਂ ਇਹਦੇ 'ਚ ਕਰਨਾ ਹੀ ਨਹੀਂ ਆਪਾਂ। ਅਤੇ ਹੁਣ ਇਹਦਾ ਬੋਨਟ ਆਪਾਂ ਓਪਨ ਕਰ ਲਈਏ ਚਾਬੀ ਨਾਲ ਜੱਟੋ, ਉਸ ਤੋਂ ਬਾਅਦ ਫਿਰ ਤੁਹਾਨੂੰ ਜਿਹੜੀ ਇਹਦੀ ਇਨਫੋਰਮੇਸ਼ਨ ਦੇ ਦਿੰਦੇ ਹਾਂ ਅਸੀਂ ਇੰਜਨ ਦੀ। ਹਾਂਜੀ, ਅਤੇ ਬੋਨਟ ਦੀ ਜੇ ਗੱਲ ਕਰੀਏ, ਲੋਕ ਖੋਲ੍ਹਣ ਤੋਂ ਬਾਅਦ ਵੀ ਇਹ ਕਾਫੀ ਜ਼ਿਆਦਾ ਹੈਵੀ ਡਿਊਟੀ ਹੈ, ਮਤਲਬ ਇੰਨਾ ਲਾਈਟ ਵੇਟ ਨਹੀਂ ਹੈਗਾ। ਅਤੇ ਡਬਲ ਸ਼ੋਕਰ ਦੇ ਨਾਲ ਆ ਜਾਂਦਾ ਬੋਨਟ ਦੀ ਜੇ ਆਪਾਂ ਗੱਲ ਕਰਦੇ ਹਾਂ, ਅਤੇ ਅੰਦਰ ਤੁਸੀਂ ਲਾਈਟਾਂ ਦਾ ਸਿਸਟਮ ਵੀ ਸਾਰਾ ਵਿਖਾ ਦਿਓ।
ਵੀ ਜਿਹੜੇ ਪ੍ਰੋਜੈਕਟਰ ਹੈਡ ਲੈਂਪ ਦਿੱਤੇ ਨੇ ਪੂਰਾ ਮਤਲਬ ਗੱਡੀ ਵਾਲਾ ਸਿਸਟਮ ਹੈ, ਕਾਰ ਹੀ ਬਣਾਤੀ ਇੱਕ ਹਿਸਾਬ ਦੀ, ਟਰੈਕਟਰ ਵਾਲਾ ਦੇ ਮਤਲਬ ਇਹਦੇ 'ਚ ਕੋਈ ਕੰਮ ਰਿਹਾ ਹੀ ਨਹੀਂ। ਚਲੋ ਹੁਣ ਇੰਜਨ 'ਤੇ ਆ ਜਾਂਦੇ ਆਪਾਂ, ਬੈਟਰੀ ਦੇ ਨਾਲ ਜਿਵੇਂ ਮੈਂ ਤੁਹਾਨੂੰ ਕੱਟਦਾ ਦੱਸਿਆ ਵੀ ਬੈਟਰੀ ਦੇ ਨਾਲ ਹੀ ਕੱਟਵਾ ਕੇ ਦਿੱਤਾ, ਕੋਈ ਲੀਡ ਨਹੀਂ ਖੋਲ੍ਹਣੀ, ਕੋਈ ਕੁਛ ਨਹੀਂ ਖੋਲ੍ਹਣਾ ਇਹਦੇ ਵਿੱਚ, ਅਤੇ ਸਟਾਰਟਿੰਗ ਆਪਾਂ ਏਅਰ ਫਿਲਟਰ ਤੋਂ ਹੀ ਕਰ ਲੈਂਦੇ ਹਾਂ। ਏਅਰ ਫਿਲਟਰ ਦੀ ਜੇ ਆਪਾਂ ਗੱਲ ਕਰੀਏ, ਏਅਰ ਫਿਲਟਰ ਦਾ ਮਸਲਾ ਮਤਲਬ ਲਾ ਲਓ ਇਹ ਕੰਪਨੀ ਨੇ ਇੰਨਾ ਕੋਈ ਵਧੀਆ ਕਰਤਾ ਹੈ ਨਾ ਵੀ ਪੁੱਛੋ ਕੁਛ ਨਾ। ਜਿਵੇਂ ਪਹਿਲਾਂ ਆਪਾਂ ਨੂੰ ਸਾਰਾ ਦਿਨ ਟਰੈਕਟਰ ਚੱਲ ਕੇ ਆਏ, ਘੱਟੇ ਮਿੱਟੀ ਦੇ ਖੋਲ੍ਹ ਕੇ ਸਾਫ਼ ਕਰੋ, ਵੀ ਘਰ ਕਿਸੇ ਕੋਲ ਨਹੀਂ ਜਗਾੜ ਹੁੰਦਾ, ਡਰਾਈ ਏਅਰ ਫਿਲਟਰ ਨੇ ਜਿਹੜੇ ਵੀ ਉਹ ਪਿੰਡ ਲੈ ਕੇ ਜਾਓ, ਉਹਦੇ ਵਿੱਚ ਹਵਾ ਮਰਾ ਕੇ ਲਿਆਓ, ਉਹ ਤਾਂ ਕੰਮ ਇਹਦੇ ਵਿੱਚ ਬਿਲਕੁਲ ਰਿਹਾ ਹੀ ਨਹੀਂ। ਕਿਉਂਕਿ ਇਹਦੇ ਵਿੱਚ ਜਿਹੜਾ ਆਪਾਂ ਨੂੰ ਫੀਚਰ ਮਿਲਦਾ ਆਟੋ ਕਲੀਨ ਦਾ ਮਿਲਦਾ ਹੈ, ਵੀ ਕੁਛ ਟਾਈਮ ਬਾਅਦ ਆਪਣੇ ਆਪ ਹੀ ਟਰੈਕਟਰ ਆਪਣਾ ਜਿਹੜਾ ਏਅਰ ਫਿਲਟਰ ਹੈ ਉਹਨੂੰ ਕਲੀਨ ਕਰ ਲੈਂਦਾ, ਅਤੇ ਇਹ ਪਾਈਪ ਦੀ ਰਾਹੀਂ ਜਿਹੜੀ ਡਸਟ ਹੈ ਸਾਰੀ ਇਹਦੀ ਮਤਲਬ ਬਾਹਰ ਤੁਰ ਜਾਣੀ, ਉਹਦੇ ਵਿੱਚ ਵਿੱਚ ਤਾਂ ਕੁਛ ਵੀ ਨਹੀਂ ਜਾਂਦਾ। ਬਾਕੀ ਇਹਨੂੰ ਖੋਲ੍ਹਣ ਦਾ ਤਰੀਕਾ ਵੀ ਤੁਹਾਨੂੰ ਦੱਸ ਦਿੰਦੇ ਹਾਂ, ਅਤੇ ਇਹ ਰੋਜ਼ ਰੋਜ਼ ਸਾਫ਼ ਵੀ ਨਹੀਂ ਕਰਨਾ, ਅਤੇ ਇਹਨੂੰ ਆਪਾਂ ਛੇਤੀ ਕੀਤਿਆਂ ਚੇਂਜ ਵੀ ਨਹੀਂ ਕਰਨਾ। ਇਸ ਤਰੀਕੇ ਦੇ ਨਾਲ ਉੱਤੋਂ ਆ ਛੋਟੀ ਜਿਹੀ ਕੈਬ ਇਹਦੀ ਉਤਰੇਗੀ ਬਸ, ਅਤੇ ਵਿੱਚੋਂ ਆਹ ਜਿਹੜਾ ਜਗਾੜ ਇਹਦਾ ਇੱਧਰ ਨੂੰ ਖਿੱਚ ਕੇ ਥੋੜ੍ਹਾ ਜਿਹਾ ਮਤਲਬ ਇਹਨੂੰ ਆਪਾਂ ਰਾਈਟ ਹੈਂਡ ਸਾਈਡ ਖਿੱਚ ਕੇ ਆ ਜਗਾੜੇ ਦਾ ਬਾਹਰ ਨਿਕਲ ਜਾਣਾ। ਇਹਦੇ 'ਚ ਕੋਈ ਹਵਾ ਨਹੀਂ ਮਰਵਾਉਣੀ ਆਪਾਂ ਕਦੀ ਵੀ, ਕੁਛ ਵੀ ਮਤਲਬ ਲਾ ਲਓ ਵੀ ਇਹਦੇ 'ਤੇ ਕੁਛ ਕਰਨਾ ਹੀ ਨਹੀਂ, ਆਪਾਂ ਪੰਗਾ ਲੈਣਾ ਹੀ ਨਹੀਂ, ਸਿਰਫ ਇਹਨੂੰ ਪਾਣੀ ਤੋਂ ਬਚਾ ਕੇ ਰੱਖਣਾ। ਵੀ ਪਾਣੀ ਨਾ ਲੱਗੇ, ਜਿੰਨਾ ਚਿਰ ਪਾਣੀ ਤੋਂ ਬਚਿਆ ਰਹੇਗਾ ਉਹਨਾਂ ਚਿਰ ਠੀਕ ਰਹੇਗਾ, ਜੇ ਪਾਣੀ ਲੱਗਿਆ ਤਾਂ ਇਹ ਖਰਾਬ ਹੋਏਗਾ। ਉਸ ਤੋਂ ਬਾਅਦ ਫਿਰ ਡਬਲ ਸਿਸਟਮ ਆ ਜਾਂਦਾ, ਆ ਵਿੱਚ ਇੱਕ ਹੋਰ ਲੱਗਾ ਹੋਇਆ ਇਹ ਵੀ ਨਿਕਲ ਜਾਂਦਾ, ਅਤੇ ਹਵਾ ਆਪਾਂ ਇਹਦੇ 'ਚ ਵੀ ਨਹੀਂ ਮਾਰਨੀ ਕਿਉਂਕਿ ਆਦਤ ਹੋ ਜਾਂਦੀ ਕਈ ਯਾਰਾਂ ਵੀ ਹਾਂ ਵੀ ਆ ਟਰੈਕਟਰ ਘੰਟਾ ਕੁ ਚੱਲ ਗਿਆ, ਦੋ ਚੱਲ ਗਏ, ਏਅਰ ਫਿਲਟਰ ਕੱਢ ਕੇ ਸਾਫ਼ ਕਰ ਦਿਉ, ਪਰ ਉਹ ਕੰਮ ਇਹਦੇ ਵਿੱਚ ਆਪਾਂ ਨੂੰ ਕਰਨਾ ਨਹੀਂ ਪੈਣਾ। ਨਾਲੇ ਤਾਂ ਇੱਕ ਟਾਈਮ ਬਚੇਗਾ, ਅਤੇ ਨਾਲੇ ਰੋਜ਼ ਰੋਜ਼ ਦੇ ਪੰਗੇ ਜਿਹੜੇ ਨੇ ਉਹ ਖਤਮ ਹੋ ਜਾਣਗੇ। ਬਾਕੀ ਇਹਨੂੰ ਇੱਕ ਵਾਰੀ ਆਪਾਂ ਫਿੱਟ ਕਰ ਦਈਏ ਜੀ ਏਅਰ ਫਿਲਟਰ ਤੋਂ ਬਾਅਦ, ਜੇ ਆਪਾਂ ਉੱਪਰ ਨੂੰ ਵੇਖੀਏ ਤਾਂ ਇਹ ਜਿਹੜਾ ਇਹਦਾ ਏ ਸੀ ਐਮ ਸਿਸਟਮ ਜਾਂ ਕਹਿ ਲਓ ਜਾਂ ਸੀ ਪੀ ਯੂ ਸਿਸਟਮ ਕਹਿ ਲਓ, ਕਿਉਂਕਿ ਇਲੈਕਟ੍ਰੋਨਿਕ ਹੈ ਸਾਰਾ ਸਿਸਟਮ, ਇਹ ਤਾਂ ਗੱਡੀਆਂ ਵਾਂਗੂ ਹੀ ਚੱਲਣਾ, ਇੱਥੋਂ ਹੀ ਓਪਰੇਟ ਹੋਣਾ ਸਭ ਕੁਛ। ਅਤੇ ਇਹਦੇ 'ਚ ਥੱਲੇ ਆ ਜਾਈਏ, ਟਰਬੋ ਦਾ ਇੰਟਰਕੂਲਰ ਆ ਜਾਂਦਾ ਜੀ, ਇੰਟਰਕੂਲਰ ਦੇ ਨਾਲ ਪਿੱਛੇ ਆਪਣਾ ਰੇਡੀਏਟਰ ਵੀ ਕਹਿ ਲਓ ਚਾਹੇ ਏਅਰ ਕੂਲਰ ਕਹਿ ਲਓ, ਉਹ ਆ ਜਾਂਦਾ। ਅਤੇ ਉੱਪਰ ਇੱਕ ਹੋਰ ਸਿਸਟਮ ਕੰਪਨੀ ਨੇ ਨਵਾਂ ਇਹਦੇ 'ਚ ਲਾ ਕੇ ਦਿੱਤਾ ਹੋਇਆ ਵੀ ਇਹਦਾ ਜਿਹੜਾ ਡੀਜ਼ਲ ਵੀ ਹੈ ਨਾ ਟਰੈਕਟਰ ਦਾ, ਉਹ ਵੀ ਮਤਲਬ ਲਾ ਲਓ ਜੇ ਗਰਮੀ 'ਚ ਟਰੈਕਟਰ ਚੱਲਦਾ ਤਾਂ ਉਹ ਵੀ ਠੰਡਾ ਹੋ ਕੇ ਹੀ ਅੱਗੇ ਜਾਏਗਾ, ਅਤੇ ਇਹ ਜਿਹੜਾ ਡੀਜ਼ਲ ਕੂਲਰ ਲਾ ਲਓ। ਅਤੇ ਡੀਜ਼ਲ ਕੂਲਰ ਤੋਂ ਬਾਅਦ ਆਪਾਂ ਕੂਲਰ 'ਤੇ ਹੀ ਆਉਂਦੇ ਹਾਂ ਸਿੱਧਾ, ਆਹ ਜਗਾੜ ਤੁਸੀਂ ਇਸ ਇੰਜਨ ਦੇ ਵਿੱਚ ਨਵਾਂ ਵੇਖੋਗੇ, ਇਹ ਇਹਦਾ ਜਿਹੜਾ ਮੁਗਲੈਲ ਕੂਲਰ ਕਹਿ ਲਓ ਜਾਂ ਇੰਜਨ ਆਇਲ ਕੂਲਰ ਕਹਿ ਲਓ, ਉਹ ਆ ਜਾਂਦਾ ਹੈ ਜੀ। ਅਤੇ ਉਸ ਤੋਂ ਬਾਅਦ ਉੱਪਰ ਆ ਜਾਂਦੇ ਨੇ ਦੋ ਡੀਜ਼ਲ ਫਿਲਟਰ, ਇੱਕ ਪ੍ਰਾਇਮਰੀ ਹੈ, ਇੱਕ ਇਹਦੇ 'ਚ ਵਾਟਰ ਸਪਰੇਟਰ ਵਾਲਾ ਹੈ, ਜੇ ਤੁਹਾਡੀ ਟੈਂਕੀ ਦੇ ਵਿੱਚ ਪਾਣੀ ਆਉਂਦਾ ਏਅਰ ਫਿਲਟਰ 'ਚ ਪਾਣੀ ਆਉਂਦਾ ਤਾਂ ਨਾਲ ਦੀ ਨਾਲ ਜਿਹੜਾ ਇੰਡੀਕੇਸ਼ਨ ਹੈ ਉਹ ਮੀਟਰ ਦੇ ਵਿੱਚ ਆਪਾਂ ਨੂੰ ਮਿਲ ਜਾਣਾ। ਇੰਜਨ ਦੀ ਸੀਸੀ ਦੀ ਗੱਲ ਕਰੀਏ, 2850 ਸੀਸੀ ਦਾ ਇੰਜਨ ਹੈ, 75 ਹਾਸ ਪਾਵਰ ਜਿਵੇਂ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਪਹਿਲਾਂ, 75 ਹਾਸ ਪਾਵਰ ਦੇ ਵਿੱਚ ਇਹ ਆਉਂਦਾ ਹੈ ਜੀ। ਹੁਣ ਆਪਾਂ ਸਾਹਮਣੇ ਵਾਲੇ ਹਿੱਸੇ 'ਤੇ ਆ ਜਾਂਦੇ ਹਾਂ, ਟਾਇਰਾਂ 'ਤੇ ਆ ਜਾਂਦੇ ਹਾਂ। ਟਾਇਰ ਕੰਪਨੀ ਦੇ ਵਿੱਚ ਆਪਾਂ ਨੂੰ ਲਾ ਕੇ ਦੇਵੇਗੀ ਜੀ 11-2-24 ਦੇ, ਮੈਂ ਤੁਹਾਨੂੰ ਦਿਖਾ ਵੀ ਦਿੰਦਾ ਵਾਂ। 11-2-24 ਦਾ ਫਰੰਟ ਟਾਇਰ ਇਹਦੇ ਵਿੱਚ ਆਪਾਂ ਨੂੰ ਮਿਲੇਗਾ, ਬੈਕ ਟਾਇਰ ਮਿਲੇਗਾ 16-9-30 ਦਾ, ਕਿਉਂਕਿ ਚਾਹੇ 80 HP ਚਾਹੇ 75 ਚਾਹੇ 70 ਹੈ, ਟਾਇਰ ਇਹਨਾਂ ਦੇ ਵਿੱਚ ਮਤਲਬ 18 ਦਾ ਨਹੀਂ ਮਿਲਦਾ ਜਾਂ ਹੋਰ ਕੋਈ ਟਾਇਰ ਦਾ ਮਾਡਲ ਨਹੀਂ ਵੀ 16-28 ਨਹੀਂ ਮਿਲਦਾ, ਇਹਦੇ ਵਿੱਚ ਜਿੰਨੇ ਵੀ ਟਰੈਕਟਰ ਆਪਾਂ ਵੇਖਾਂਗੇ ਡਿਊਸਫਾਰ ਦੇ ਵਿੱਚ 16-30 ਦੇ ਹੀ ਟਾਇਰ ਆਪਾਂ ਨੂੰ ਮਿਲਣਗੇ। ਅਤੇ ਪਹਿਲਾਂ ਜਿਵੇਂ 70 ਹਾਊਸ ਪਾਵਰ ਦੇ ਵਿੱਚ ਬ੍ਰੇਕ ਨਹੀਂ ਸੀ ਹੁੰਦੀ, ਫਰੰਟ ਆਪਾਂ ਨੂੰ ਲੈਣੀ ਪੈਂਦੀ ਸੀ, ਡਿਮਾਂਡ ਹੁੰਦੀ ਸੀ ਜੇ ਤਾਂ ਕੰਪਨੀ ਡਿਜ਼ਾਇਨ ਕਰਕੇ ਘੱਲਦੀ ਸੀ, ਪਰ ਇਹ ਟਰੈਕਟਰ ਹੈ 75 HP 70 ਨਾਲ ਕੰਪੇਅਰ ਮੈਂ ਤੁਹਾਨੂੰ ਤਾਂ ਕੀਤਾ ਕਿਉਂਕਿ ਪਹਿਲਾਂ 75 HP ਆਉਂਦਾ ਨਹੀਂ ਸੀ, ਕਾਫੀ ਟਾਈਮ ਪਹਿਲਾਂ ਆਉਂਦਾ ਸੀ, ਪਰ ਉਹ ਫਿਰ ਕੰਪਨੀ ਨੇ ਵਿੱਚ ਬੰਦ ਕਰਤਾ ਸੀ ਅਤੇ 70 ਹੀ ਬਣਾਤਾ ਸੀ। ਫਰੰਟ ਬ੍ਰੇਕ ਮਿਲੇਗੀ, ਫਰੰਟ ਬ੍ਰੇਕ ਬਾਈ ਜੀ ਫਰੰਟ ਬ੍ਰੇਕ ਵੀ ਇਹਦੇ ਵਿੱਚ ਆਪਾਂ ਨੂੰ ਕਾਰਾਂ ਵਾਲੀ ਮਿਲੇਗੀ, ABS ਬ੍ਰੇਕ ਸਿਸਟਮ ਹੈ ਇਹਦੇ, ਟਾਇਰ ਟਰੈਕਟਰ ਦੇ ਟਾਇਰ ਜੇ ਸੜਕ 'ਤੇ ਆਪਾਂ ਬ੍ਰੇਕ ਮਾਰਾਂਗੇ ਤਾਂ ਜਾਮ ਨਹੀਂ ਹੋਣੇ, ਜਿਵੇਂ ਗੱਡੀ ਸਕਿੱਟ ਨਹੀਂ ਕਰਦੀ ਉਵੇਂ ਇਸ ਟਰੈਕਟਰ ਨੇ ਵੀ ਸਕਿੱਟ ਨਹੀਂ ਕਰਨਾ। ਅਤੇ ਕੰਟਰੋਲ ਚਾਹੇ ਪਿੱਛੇ ਭਰੀ ਟਰਾਲੀ ਗੰਨੇ ਦੀ ਹੈ ਚਾਹੇ ਆਲੂਆਂ ਦੀ ਹੈ, ਮਤਲਬ ਲਾ ਲਓ ਜਿੱਥੋਂ ਬ੍ਰੇਕ ਮਾਰੋਗੇ ਇਹਨੇ ਉੱਥੇ ਹੀ ਖਲੋ ਜਾਣਾ। ਫਰੰਟ ਹਿੱਸਾ ਬਰੀਥਰ ਦੇ ਨਾਲ ਆਉਂਦਾ, ਅਤੇ ਟਰੈਕਟਰ ਦੇ ਵਿੱਚ ਮਤਲਬ ਗੈਸ ਵਗੈਰਾ ਇਕੱਠੀ ਨਾ ਹੋਵੇ ਅਤੇ ਹਿੱਸੇ 'ਚ ਲੀਕੇਜ ਦੀ ਕੋਈ ਪ੍ਰੋਬਲਮ ਨਾ ਆਵੇ। ਟਰਬੋ ਦੀ ਫਿਟਿੰਗ ਇਸ ਸਾਈਡ ਆ ਜਾਂਦੀ ਹੈ ਜੀ, ਤੁਸੀਂ ਵਿਖਾ ਦਿਓ ਟਰੈਕਟਰ ਦੀ ਲੈਫਟ ਹੈਂਡ ਸਾਈਡ, ਅਤੇ ਨੀਚੇ ਆਪਣਾ ਲਿਫਟ ਪੰਪ ਸਟੀਅਰਿੰਗ ਪੰਪ ਆ ਜਾਂਦਾ, ਅਤੇ ਸਲੰਸਰ ਇਹ ਜਿਹੜਾ ਹੀਟ ਗਾਰਡ ਦੇ ਨਾਲ ਆਉਂਦਾ ਹੈ ਜੀ, ਵੇਖ ਸਕਦੇ ਹੋ ਤੁਸੀਂ। ਅਤੇ ਜਿਵੇਂ ਜੋ ਵੀ ਇਹਦਾ ਮਤਲਬ ਲਾ ਲਓ ਵੀ 4x4 ਵਾਲਾ ਸਿਸਟਮ ਸੀ ਉਹ ਪਹਿਲਾਂ ਵੀ ਨਹੀਂ ਸੀ, ਇੰਜਨ ਦੀ ਡਿਜ਼ਾਇਨਿੰਗ ਦੇ ਹਿਸਾਬ ਨਾਲ ਹੋਈ ਹੈ ਵੀ 4x4 ਵਾਲੀ ਜਿਹੜੀ ਇਹਦੀ ਸ਼ਾਫਟ ਹੁੰਦੀ ਨੀਚੇ ਜਾਂਦੀ ਜਿਹੜੀ ਉਹ ਬਾਹਰ ਬਿਲਕੁਲ ਵੀ ਸ਼ੋਅ ਨਹੀਂ ਹੁੰਦੀ। ਉਸ ਤੋਂ ਬਾਅਦ ਆਪਾਂ ਆ ਜਾਂਦੇ ਹਾਂ ਜੀ ਪਲੇਟਫਾਰਮ 'ਤੇ, ਤੁਹਾਨੂੰ ਪਲੇਟਫਾਰਮ 'ਤੇ ਲੈ ਕੇ ਚੱਲਦੇ ਹਾਂ। ਹੁਣ ਪਲੇਟਫਾਰਮ ਦੇ ਜਿੰਨੇ ਵੀ ਸਾਰੇ ਫੀਚਰ ਨੇ ਉਹ ਤੁਹਾਨੂੰ ਅਸੀਂ ਦੱਸਾਂਗੇ। ਪਲੇਟਫਾਰਮ ਟਰੈਕਟਰ ਦੇ ਉੱਪਰ ਚੜ੍ਹਨ ਲਈ ਇੱਕ ਸਟੈਪ ਕੰਪਨੀ ਲਾ ਕੇ ਦਿੰਦੀ ਹੈ, ਅਤੇ ਪਲੇਟਫਾਰਮ ਵੀ ਪਿਛਲੇ ਟਰੈਕਟਰ ਨਾਲੋਂ ਥੋੜ੍ਹਾ ਜਿਹਾ ਤਾਂ ਖੁੱਲ੍ਹਾ ਕਰਤਾ ਹੈ ਅਤੇ ਹੈਵੀ ਵੀ ਕਰ ਦਿੱਤਾ ਹੈ, ਕਿਉਂਕਿ ਪਿਛਲੇ ਜਿਹੜੇ ਪਲੇਟਫਾਰਮ ਸਨ ਟਰੈਕਟਰਾਂ ਦੇ ਉਹਨਾਂ ਵਿੱਚ ਥੋੜ੍ਹੀ ਜਿਹੀ ਕੰਪਲੇਂਟ ਹੁੰਦੀ ਸੀ ਵੀ ਜਿਹੜੇ ਪਲੇਟਫਾਰਮ ਨੇ ਉਹ ਕੰਜਸਟਿਡ ਨੇ। ਬਾਕੀ ਲੁੱਕ ਸਾਰੀ ਟੋਟਲ
ਅਤੇ ਜਦੋਂ ਜਗਦਾ ਜਾਣਾ ਮੈਂ ਨਾ ਧਰਮ ਨਾਲ ਉਹ ਕਾਲਜ ਠੰਡ 'ਚ ਪਾ ਦਿੰਦਾ, ਇੰਨੀਆਂ ਬੱਤੀਆਂ ਤਾਂ ਫੋਰਚੂਨਰ ਦੇ ਮੀਟਰ 'ਚ ਵੀ ਨਹੀਂ ਜਗਦੀਆਂ ਹੋਣੀਆਂ, ਜਿਹੜੀ 50 ਲੱਖ ਦੀ ਗੱਡੀ ਹੈ ਜਿੰਨੀਆਂ ਮਤਲਬ ਇਹ ਡਿਊਸਫਾਰ ਦੇ ਮੀਟਰ ਦੇ ਵਿੱਚ ਜਗਦੀਆਂ ਨੇ। ਸਾਹਮਣੇ ਜੇ ਗੱਲ ਕਰੀਏ ਹੈੱਡਲਾਈਟ ਦਾ, ਇੱਧਰ ਆ ਜਾਂਦਾ ਸਿਸਟਮ ਬਟਨ, ਉੱਪਰ ਆ ਜਾਂਦਾ ਜਿਹੜੇ ਆਪਣੇ ਵਾਰਨਿੰਗ ਇੰਡੀਕੇਟਰ ਹੁੰਦੇ ਨੇ, ਨੀਚੇ ਹੈੱਡਲਾਈਟ ਓਪਰੇਟ ਕਰਨ ਲਈ। ਇਹਦੇ ਜਿਹੜੇ ਚਾਰੋਂ ਪ੍ਰੋਜੈਕਟਰ ਨੇ ਉਹ ਇਕੱਠੀ ਜਗਣਗੇ, ਇਹਦੇ 'ਚ ਹਾਈ ਲੋ ਬੀਮ ਵਾਲਾ ਸਿਸਟਮ ਆਪਾਂ ਨੂੰ ਨਹੀਂ ਮਿਲਦਾ, ਤੋੜਨ ਦੇ ਬਟਨ ਵੀ ਸਾਈਡ ਦੇ ਇਹਦੇ ਵਿੱਚ ਮਿਲ ਜਾਂਦਾ, ਜਿਹੜੀ ਲਾਈਟਿੰਗ ਵਾਲੀ ਜਿਹੜੀ ਆਪਣੀ ਇੰਡੀਕੇਟਰ 'ਚ ਸਾਈਡਾਂ ਵਾਲੇ ਜਗਾਉਣੇ ਨੇ ਅਤੇ ਉਹ ਉੱਪਰ ਨੀਚੇ ਕਰਕੇ ਨੇ। ਹੁਣ ਮੈਨੂੰ ਇਹ ਪਾਸ ਮਾਰ ਸਕਦੇ ਆਪਾਂ, ਇਹਦੇ 'ਚ ਪਾਸ ਦਾ ਆਪਸ਼ਨ ਵੀ ਹੈ ਮੈਂ ਜਿਵੇਂ ਇਹਨੂੰ ਵੇਖਿਆ ਛੇੜ ਕੇ, ਅਤੇ ਇੰਡੀਕੇਟਰ ਵੀ ਇਹਦੇ ਤੋਂ ਹੀ ਸਾਈਡਾਂ ਵਾਲੇ ਜਿਹੜੇ ਨੇ ਆਪਾਂ ਔਨ ਆਫ ਕਰ ਸਕਦੇ ਹਾਂ। ਅਤੇ ਹੁਣ ਆ ਜਾਓ ਜੀ ਤੁਸੀਂ ਪਲੇਟਫਾਰਮ ਦੇ ਫੀਚਰਾਂ 'ਤੇ। ਪਲੇਟਫਾਰਮ ਦਾ ਡਿਜ਼ਾਈਨ ਵੀ ਚੇਂਜ ਹੈ, ਕਿਉਂਕਿ ਪੁਰਾਣਾ ਸੀ ਜਿਹੜਾ ਉਹ ਸਾਰਾ ਲੋਹੇ ਦਾ ਹੁੰਦਾ ਸੀ, ਇਹਦੇ ਵਿੱਚ ਫਾਈਬਰ ਯੂਜ਼ ਕੀਤੀ ਹੋਈ, ਪਲਾਸਟਿਕ ਕਹਿ ਲਓ ਫਾਈਬਰ ਕਹਿ ਲਓ। ਸਾਈਡ 'ਤੇ ਆਪਣੀ ਹੈਂਡ ਬ੍ਰੇਕ ਆ ਜਾਂਦੀ ਹੈ। ਇੱਕ ਚੀਜ਼ ਹੋਰ ਹੈ ਤੁਹਾਨੂੰ ਮੈਂ ਦਿਖਾਉਂਦਾ ਵਾਂ, ਜਿਹਦੀ ਹੈਂਡ ਬ੍ਰੇਕ ਆਪਾਂ ਥੱਲੇ ਕਰਦੇ ਹਾਂ ਨਾ ਟਰੈਕਟਰ ਬੰਦ ਕਰਨ ਤੋਂ ਬਾਅਦ ਵੀ, ਅਤੇ ਇਹ ਟਰੈਕਟਰ ਅਜੇ ਸਟਾਰਟ ਨਹੀਂ ਹੋਇਆ, ਜਿਵੇਂ ਸਟਾਰਟ ਕਰਨ ਤੋਂ ਬਾਅਦ ਇਹਨੂੰ ਥੱਲੇ ਕਰਾਂਗੇ ਅਤੇ ਇਹ ਅਲਾਰਮ ਦੇਣ ਲੱਗ ਪਏਗੀ ਆਪਾਂ ਨੂੰ ਵੀ ਹੈਂਡ ਬ੍ਰੇਕ ਤੁਹਾਡੀ ਜਿਹੜੀ ਟਰੈਕਟਰ ਦੀ ਨਹੀਂ ਲੱਗੀ, ਵੀ ਉਹਨੂੰ ਤੁਸੀਂ ਲਾ ਕੇ ਹੀ ਟਰੈਕਟਰ ਤੋਂ ਥੱਲੇ ਉਤਰੋ। ਅਤੇ ਨਾਲ P2 ਦਾ ਕਲੱਚ ਆ ਜਾਂਦਾ, 4x4 ਅਤੇ 4x2 ਕਰਨ ਲਈ ਜਿਹੜਾ ਗੇਅਰ ਹੈ ਉਹ ਨੀਚੇ ਆਪਾਂ ਨੂੰ ਮਿਲ ਜਾਂਦਾ ਇਹਦੇ ਵਿੱਚ। ਅਤੇ PTO ਜੇ ਗੱਲ ਕਰੀਏ, PTO ਦੇ ਵਿੱਚ 3 ਫੰਕਸ਼ਨ ਆਉਂਦੇ ਨੇ, 1000 ਚੱਕਰ, 540, 750, ਅਤੇ ਇਹਦੇ 'ਚ ਰਿਵਰਸ PTO ਦਾ ਜਿਹੜਾ ਫੀਚਰ ਹੈ ਉਹ ਕੰਪਨੀ ਨੇ ਅਜੇ ਨਹੀਂ ਪ੍ਰੋਵਾਈਡ ਕੀਤਾ, ਅਤੇ ਬਾਕੀ ਅੱਗੇ ਦੇਣਗੇ ਜਾਂ ਦੇ ਨਹੀਂ ਦੇਣਗੇ ਇਹਦੇ ਬਾਰੇ ਆਪਾਂ ਕੁਛ ਵੀ ਨਹੀਂ ਕਹਿ ਸਕਦੇ। ਸਾਹਮਣੇ ਬ੍ਰੇਕ ਪੈਡਲ ਜੀ ਇੰਡੀਪੈਂਡੈਂਟ, ਅਤੇ ਕਲੱਚ ਇੱਧਰ ਆ ਜਾਂਦਾ, ਪੈਰ ਵਾਲੀ ਰੇਸ ਆਪਾਂ ਨੂੰ ਇੱਥੇ ਮਿਲ ਜਾਂਦੀ, ਹੱਥ ਵਾਲੀ ਰੇਸ ਜਿਵੇਂ ਆਪਾਂ ਹੱਥ ਵਾਲੀ ਰੇਸ ਇਸ ਜਗ੍ਹਾ 'ਤੇ ਆਪਾਂ ਨੂੰ ਵੇਖਣ ਨੂੰ ਨਹੀਂ ਮਿਲਦੀ, ਜਿਵੇਂ ਅਸੀਂ HP ਦੀ ਸਾਈਡ 'ਤੇ ਹੀ ਹੁੰਦੀ ਸਟੀਅਰਿੰਗ ਦੇ ਨਾਲ, ਪਰ ਇਹਦੇ 'ਚ ਉਹ ਚੀਜ਼ ਨਹੀਂ ਆਏਗੀ। ਇਹਦੀ ਜਿਹੜੀ ਹੱਥ ਵਾਲੀ ਰੇਸ ਹੈ ਉਹ ਕੰਪਨੀ ਨੇ ਇੱਕ ਸਾਈਡ 'ਤੇ ਕਰ ਦਿੱਤੀ ਹੈ। ਅਤੇ ਸਭ ਤੋਂ ਵੱਡੀ ਗੱਲ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਪਹਿਲੀ ਵਾਰ ਮੈਂ ਇਹਦਾ ਫੀਚਰ ਆਇਆ ਹੋਣਾ ਟਰੈਕਟਰਾਂ ਦੇ ਵਿੱਚ। ਟਰੈਕਟਰ ਦੇ ਵਿੱਚ ਵੀ ਜਦੋਂ ਕਰੂਜ਼ ਕੰਟਰੋਲ ਦੇ ਦਿੱਤਾ, ਜਿਵੇਂ ਗੱਡੀਆਂ 'ਚ ਆਪਾਂ ਕਰੂਜ਼ ਕੰਟਰੋਲ ਸੈੱਟ ਕਰ ਲੈਂਦੇ ਹਾਂ, ਇਸ ਟਰੈਕਟਰ ਦੇ ਵਿੱਚ ਕਰੂਜ਼ ਕੰਟਰੋਲ ਦਿੱਤਾ ਹੋਇਆ ਵੀ RPM ਇੱਥੋਂ ਇੱਕ ਵਾਰੀ ਸੈੱਟ ਕਰਕੇ ਆ ਬਟਨ ਪ੍ਰੈਸ ਕਰ ਦਿਓ, ਜਿਵੇਂ ਹੈਰੋ ਆਪਾਂ 1800 ਚੱਕਰਾਂ 'ਤੇ ਮਾਨ ਦੇ ਹਾਂ, ਇੱਥੋਂ ਇੱਕ ਵਾਰੀ ਆਪਾਂ 1800 ਚੱਕਰ ਪ੍ਰੈਸ ਕਰਕੇ ਸੈੱਟ ਕਰਕੇ ਬਟਨ ਪ੍ਰੈਸ ਕਰਤਾ, ਉਸ ਤੋਂ ਬਾਅਦ ਇਹਨੂੰ ਜਿੱਥੇ ਮਰਜ਼ੀ ਰਹਿਣ ਦਿਓ, ਇਹਦਾ ਕੋਈ ਮਤਲਬ ਨਾਲੋਂ ਵੀ ਵਿੱਚ ਤਾਲੁਕਾਤ ਨਹੀਂ ਰਹੇ ਜਾਂ ਇਹ ਖਤਮ ਹੈ ਬਿਲਕੁਲ। ਅਤੇ ਦੁਬਾਰਾ ਤੁਸੀਂ ਜਦੋਂ ਟਰੈਕਟਰ ਬੰਦ ਵੀ ਕਰਨਾ ਜਾਂ ਹੌਲੀ ਕਰਨਾ ਜਿਵੇਂ ਵੀ, ਦੁਬਾਰਾ ਇਹ ਬਟਨ ਦੱਬੋ, RPM ਆਟੋਮੈਟਿਕਲੀ ਉੱਥੇ ਹੀ ਸੈੱਟ ਹੋ ਜਾਣਗੇ। 15x15 ਦਾ ਗੇਅਰਬੋਕਸ ਮਿਲਦਾ ਇਹਦੇ ਵਿੱਚ ਆਪਾਂ ਨੂੰ, ਸ਼ਟਲ ਸ਼ਿਫਟ ਦੇ ਨਾਲ ਟਰੈਕਟਰ ਆਪਾਂ ਨੂੰ ਮਿਲ ਜਾਂਦਾ ਜੀ। ਹਾਈ ਲੋ ਮੀਡੀਅਮ ਦਾ ਇੱਧਰ ਆ ਜਾਂਦਾ, ਲਿਫਟ ਦੇ ਕੰਟਰੋਲ ਨੇ ਜਿਹੜੇ ਇੱਕ ਸਾਈਡ 'ਤੇ ਮਿਲ ਜਾਂਦੇ ਨੇ, ਲਿਫਟ ਦੇ ਕੰਟਰੋਲਾਂ 'ਚ ਕੋਈ ਖਾਸ ਫਰਕ ਨਹੀਂ ਗਾ, ਉਵੇਂ ਹੀ ਨੇ ਪਿੱਛੇ ਨੇ। ਅਤੇ ਡਿਸਟ੍ਰੀਬਿਊਟਰ ਦੇ ਲੀਵਰ ਵੀ ਨਾਲ ਹੀ ਪਲੇਟਫਾਰਮ ਦੇ ਸੀਟ ਦੀ ਬੈਕ ਸਾਈਡ 'ਤੇ ਮਿਲ ਜਾਂਦੇ ਨੇ। ਹਾਂਜੀ, ਅਤੇ ਹੁਣ ਤੁਹਾਨੂੰ ਇੱਕ ਵਾਰੀ ਟਰੈਕਟਰ ਅਸੀਂ ਸਟਾਰਟ ਕਰਕੇ ਵੀ ਵਿਖਾਉਂਦੇ ਹਾਂ, ਟਰੈਕਟਰ ਦੀ ਆਵਾਜ਼ ਜਦੋਂ ਸੁਣੋਗੇ ਵੀਡੀਓ 'ਚ ਸ਼ਾਇਦ ਤੁਹਾਨੂੰ ਨਾ ਪਤਾ ਲੱਗੇ, ਜੇ ਅਸਲ 'ਚ ਆ ਕੇ ਤੁਸੀਂ ਟਰੈਕਟਰ ਸਟਾਰਟ ਕਰਕੇ ਵੇਖੋਗੇ ਤਾਂ ਤੁਹਾਡਾ ਜੀ ਕਰਨਾ ਬਸ ਇਹਨੂੰ ਘਰ ਲੈ ਜਾਈਏ, ਛੱਡ ਕੇ ਹੀ ਨਾ ਜਾਈਏ। ਅਤੇ ਸਟਾਰਟਿੰਗ ਤੋਂ ਪਹਿਲਾਂ ਇੱਕ ਹੋਰ ਚੀਜ਼ ਤੁਹਾਨੂੰ ਮੈਂ ਦੱਸਦਾ, ਇਹ ਟਰੈਕਟਰ ਸੇਫਟੀ ਫੀਚਰ ਕਾਫੀ ਜ਼ਿਆਦਾ ਇਹਦੇ 'ਚ ਕਰਤੇ ਨੇ, ਕਲੱਚ ਵੀ ਦੱਬਣਾ ਪਏਗਾ ਅਤੇ ਬ੍ਰੇਕ ਵੀ ਦੱਬਣੀ ਪਏਗੀ, ਉਸ ਤੋਂ ਬਾਅਦ ਇਹਨੇ ਸਟਾਰਟ ਹੋਣਾ ਹੈ। ਜੇ ਆਪਾਂ ਇਕੱਲਾ ਕਲੱਚ ਦੱਬ ਲਈਏ, ਬ੍ਰੇਕ ਨਾ ਦੱਬੀਏ ਤਾਂ ਟਰੈਕਟਰ ਨੇ ਸਟਾਰਟ ਨਹੀਂ ਹੋਣਾ। ਮੈਂ ਤੁਹਾਨੂੰ ਬਾਕੀ ਕਰਕੇ ਵੀ ਵਿਖਾਉਂਦਾ ਵਾਂ ਨਿਊਟਰਲ ਕਰ ਲਈ ਇੱਕ ਵਾਰੀ ਟਰੈਕਟਰ ਆਪਾਂ, ਅਤੇ ਹੁਣ ਆਪਾਂ ਨਿਊਟਰਲ ਕਰ ਲਿਆ, ਅਤੇ ਮੈਂ ਇਸ ਟਾਈਮ ਬ੍ਰੇਕ ਨਹੀਂ ਦੱਬੀ, ਕਲੱਚ ਦੱਬਿਆ, ਟਰੈਕਟਰ ਸਟਾਰਟ ਨਹੀਂ ਹੋਇਆ। ਇਹਦਾ ਸੁੱਚ ਵੀ ਲੋਕ ਹੋ ਗਿਆ ਬਿਲਕੁਲ, ਅਤੇ ਹੁਣ ਆਪਾਂ ਇਹ ਦੱਬਦਾ, ਸੁੱਚ ਕੱਟ ਕੇ ਦੁਬਾਰਾ ਲਾਵਾਂਗੇ, ਸਟਾਰਟ ਹੋ ਗਿਆ। ਮੈਂ ਨਾ ਵੀ ਕਿਆ ਹੀ ਬਾਤਾਂ ਨੇ, ਆਵਾਜ਼ ਤੁਸੀਂ ਸੁਣ ਸਕਦੇ ਹੋ ਟਰੈਕਟਰ ਦੀ। ਇੱਕ ਹਿਸਾਬ ਦਾ ਹੈਲੀਕਾਪਟਰ ਸਟਾਰਟ ਹੋ ਜਾਂਦਾ ਵੀ, ਮੈਂ ਨਾ ਕਿਆ ਬਾਤਾਂ ਨੇ, ਪੁੱਛੋ ਕੋਈ ਨਾ ਵੀ ਨਜ਼ਾਰਾ ਆ ਜਾਂਦਾ ਸਟਾਰਟ ਕਰਕੇ। ਬਾਈ ਜੇ ਚਲਾਈ ਦੀ ਗੱਲ ਕਰੀਏ ਟਰੈਕਟਰ ਦੀ, ਮੈਂ ਨਾ ਵੀ ਕਿਆ ਹੀ ਲਾਜਵਾਬ ਚੀਜ਼ ਹੈ, ਅਤੇ ਸਵਾਦ ਆਉਂਦਾ ਜਿੱਥੋਂ ਚਲਾ ਕੇ, ਅੰਦਰ ਤਾਂ ਬਹਿ ਕੇ ਫੀਲਿੰਗ ਹੀ ਬਦਲ ਜਾਂਦੀ ਹੈ ਸਾਰੀ। ਬਾਕੀ ਤੁਹਾਨੂੰ ਬ੍ਰੇਕਿੰਗ ਵੀ ਮਾਰਨੀ ਹੈ, ਟਰੈਕਟਰ ਦੀ ਮਾਰ ਕੇ ਟਾਇਰ ਜਾਮ ਹੁੰਦੇ ਨੇ ਕਿ ਨਹੀਂ, ਇੱਕ ਵਾਰੀ ਵਾਪਸ ਕਰ ਲਈਏ ਇਹਨੂੰ। ਲੈ ਵੀ ਮੁੰਡਿਓ ਟਾਪ ਗੇਅਰ ਦੇ ਵਿੱਚ ਆਪਾਂ ਲਿਆ ਇਹਨੂੰ ਪਾ, ਅਤੇ ਹੁਣ ਇਹਦੀ ਖਿੱਚ ਜੀ ਕੇ ਇੱਕ ਵਾਰੀ ਬ੍ਰੇਕ ਮਾਰਨੇ ਆ। ਰੇਸ ਵੀ ਬਤੰਦਰ ਆਪਣੇ ਹਿਸਾਬ ਨਾਲ ਹੀ ਖੜਦਾ, ਫੁੱਲ ਜ਼ੋਰ ਦੀ ਇਸ ਟਾਈਮ ਇਹਦੀ ਬ੍ਰੇਕ ਦੱਬਤੀ ਸੀ, ਪਰ ਟਰੈਕਟਰ ਦੇ ਟਾਇਰ ਨਹੀਂ ਜਾਮ ਹੋਏ, ਵੀ ਮਤਲਬ ਇਹ ਸਿਰਫ ਕਹਿਣ ਕਹਿਣ 'ਚ ABS ਸਿਸਟਮ ਨਹੀਂ ਹੈਗਾ, ਕੰਪਨੀ ਨੇ ਦਿੱਤਾ ਵੀ ਹੋਇਆ। ਰੇਸ ਵਾਲਾ ਜਿਹੜਾ ਜਗਾੜ ਹੈ ਇਹ ਸੈੱਟ ਕਰਤੀ ਆਪਾਂ ਬਟਨ ਦੱਬਦਾ, ਮੈਨੂੰ ਪ੍ਰੈਸ ਕੀਤਾ ਤਾਂ ਦੁਬਾਰਾ ਬੰਦ ਹੋ ਜਾਣੀ। ਕਾਫੀ ਜ਼ਿਆਦਾ ਮਤਲਬ ਵਧੀਆ ਫੀਚਰ ਲੱਗਾ,
ਕੀ ਹੁਣ ਆਪਾਂ ਚੱਲਨੇ ਆ ਬੈਕ ਸਾਈਡ ਤੇ ਟ੍ਰੈਕਟਰ ਤੇ ਤੁਹਾਨੂੰ ਬੈਕ ਸਾਈਡ ਦੇ ਜਿਹੜੇ ਫੀਚਰ ਨੇ ਲਿਫਟ ਕਪੈਸਿਟੀ ਵਗੈਰਾ ਦੀ ਜਿਹੜੀ ਇਹ ਡਿਸਕਸ਼ਨ ਆਪਾਂ ਪਿੱਛੇ ਜਾ ਕੇ ਹੀ ਕਰਨੇ ਆ ਤੇ ਟੈਂਕੀ 75 ਲੀਟਰ ਦੀ ਮਿਲਦੀ ਹੈ 75 ਲੀਟਰ ਡੀਜ਼ਲ ਦੇ ਵਿੱਚ ਜਿਹੜਾ ਉਹ ਆ ਜਾਂਦਾ ਹੈ ਜੀ ਟੱਕਣ ਦੀ ਜਿਹੜੀ ਡਿਜ਼ਾਈਨਿੰਗ ਹੈ ਬਾਕੀ ਆਪਾਂ ਇੱਕ ਵਾਰੀ ਖੋਲ ਕੇ ਵੀ ਵੇਖ ਲੈਂਦੇ ਹਾਂ ਵਿੱਚ ਕਿਉਂਕਿ ਮੈਂ ਵੀ ਨਹੀਂ ਵੇਖਿਆ ਇੱਕ ਵਾਰੀ ਤੁਹਾਨੂੰ ਵਿਖਾ ਦਿੰਦੇ ਹਾਂ ਵੀ ਵਿੱਚ ਜਿਹੜੀ ਡਿਜ਼ਾਈਨਿੰਗ ਹੈ ਟੱਕਣ ਦੀ ਸੇਮ ਹੈ ਜਾਂ ਉਹਦੇ 'ਚ ਫਰਕ ਹੈ ਅਤੇ ਇਹਦੇ ਥੋੜ੍ਹੇ ਜਿਹਾ ਮੈਂ ਕਹਿੰਦਾ ਵਾਂ ਵੀ ਇਹ ਚੀਜ਼ ਦਾ ਵੀ ਫਰਕ ਹੈ ਸੋਰੀ ਇਹ ਚਾਬੀ ਲੱਗਣੀ ਨਹੀਂ ਇਹਨੂੰ ਅਤੇ ਡੀਜ਼ਲ ਟੈਂਕ ਦੀ ਕਿਉਂਕਿ ਚਾਬੀ ਅਲੱਗ ਹੋਏਗੀ ਅਤੇ ਇਸ ਕਰਕੇ ਓਪਨ ਨਹੀਂ ਹੋਇਆ ਸੋਰੀ ਇਸ ਲਈ ਅਤੇ ਹੁਣ ਆਪਾਂ ਟਰੈਕਟਰ ਦੀ ਬੈਕ ਸਾਈਡ 'ਤੇ ਜਾਂਦਾ ਸੀਟ ਜਿਹੜੀ ਹੈ ਸੀਟ ਦੀ ਗੱਲ ਕਰੀਏ ਤਾਂ ਸੀਟ ਪੁਰਾਣੇ ਮਾਡਲ ਦੀ ਮਿਲ ਜਾਂਦੀ ਸਟੀਅਰਿੰਗ ਵੀਲ ਵੀ ਸਾਰਾ ਟੋਟਲੀ ਚੇਂਜ ਹੈ ਫੋਰਨ ਵਾਲਾ ਡਿਜ਼ਾਈਨ ਇਹਦੇ 'ਚ ਕੰਪਨੀ ਨੇ ਇੱਥੇ ਭੇਜਿਆ ਹੈ ਜੀ ਬਿਲਕੁਲ ਅਤੇ ਦੋਨਾਂ ਸਾਈਡਾਂ ਦੇ ਜਿਹੜੇ ਪੈਡ ਮਤਲਬ ਲਾ ਲਓ ਵੀ ਉੱਪਰ ਚੜ੍ਹਨ ਲਈ ਆਪਾਂ ਨੂੰ ਮਿਲ ਜਾਂਦੇ ਨੇ ਹੀਟ ਗਾਰਡ ਵੀ ਪਲੇਟਫਾਰਮ ਨੂੰ ਲੱਗੇ ਹੋਏ ਉਹਨਾਂ ਨੇ ਅਤੇ ਇਹ ਪੁਰਾਣੇ ਮਾਡਲ 'ਚ ਵੀ ਆਉਂਦੇ ਸਨ ਅਤੇ ਇਹਦੇ 'ਚ ਵੀ ਕੰਪਨੀ ਨੇ ਲਾ ਲਏ ਜਿਹੜੇ ਸੇਫਟੀ ਫੀਚਰ ਦੇ ਨਾਲ ਇੱਕ ਫੀਚਰ ਹੋਰ ਕੰਪਨੀ ਦਿੰਦੀ ਇਹਦੇ ਵਿੱਚ ਪਰ ਉਹ ਇੰਡੀਆ ਦੇ ਵਿੱਚ ਡੀਲਰ ਮੰਗਵਾਉਂਦੇ ਨਹੀਂਗੇ ਜੇ ਕਿਸੇ ਦਾ ਮਤਲਬ ਜ਼ਿਮੀਂਦਾਰ ਦਾ ਡਿਮਾਂਡ 'ਤੇ ਔਨ ਡਿਮਾਂਡ 'ਤੇ ਉਹ ਆਪਾਂ ਨੂੰ ਚੀਜ਼ ਮਿਲ ਸਕਦੀ ਹੈ ਜਿਹੜੇ ਬਾਹਰ ਜਾਂਦੇ ਸਨ ਜਿੰਨਾਂ ਚਿਰ ਟਰੈਕਟਰ 'ਤੇ ਬੰਦਾ ਬੈਠਾ ਨਹੀਂ ਹੋਏਗਾ ਉਹਨਾਂ ਚਿਰ ਟਰੈਕਟਰ ਸਟਾਰਟ ਨਹੀਂ ਹੋਣਾ ਜਦੋਂ ਵੀ ਆਪਾਂ ਸੀਟ ਤੋਂ ਥੱਲੇ ਉਤਰ ਗਏ ਹਾਂ 7 ਸੈਕਿੰਡ ਬਾਅਦ ਟਰੈਕਟਰ ਆਪਣੇ ਆਪ ਬੰਦ ਹੋ ਜਾਏਗਾ ਪਰ ਫਿਲਹਾਲ ਇੰਡੀਆ ਦੇ ਵਿੱਚ ਉਹ ਚੀਜ਼ ਨਹੀਂ ਮੰਗਾਈ ਗਈ ਕਿਉਂਕਿ ਇੱਥੇ ਬਾਰ ਬਾਰ ਬੰਦਿਆਂ ਨੂੰ ਥੱਲੇ ਉਤਰਨਾ ਪੈਂਦਾ ਉੱਪਰ ਚੜ੍ਹਨਾ ਪੈਂਦਾ ਅਤੇ ਇਸ ਕਰਕੇ ਉਹ ਫੀਚਰ ਦੀ ਜ਼ਿਆਦਾ ਡਿਮਾਂਡ ਨਹੀਂ ਹੈ ਬਾਕੀ ਜੇ ਕੋਈ ਭਰਾ ਮੰਗਵਾਉਣਾ ਚਾਹੁੰਦਾ ਹੈ ਤਾਂ ਉਹ ਚੀਜ਼ ਇਹਦੇ ਵਿੱਚ ਮਿਲ ਜਾਏਗੀ ਔਨ ਡਿਮਾਂਡ ਉਹ ਚੀਜ਼ ਆ ਜਾਏਗੀ ਅਤੇ ਹੈਵੀ ਡਿਊਟੀ ਸੀਟ ਹੈ ਜਿਵੇਂ ਵੇਟ ਦੀ ਐਡਜਸਟਮੈਂਟ ਵਾਲੀ ਦੇ ਅੱਗੇ ਪਿੱਛੇ ਕਰਨ ਵਾਲੀ ਅਤੇ ਬਾਕੀ ਬੈਕ ਟਾਇਰ ਜਿਵੇਂ ਮੈਂ ਤੁਹਾਨੂੰ ਗੱਲ ਦੱਸਿਆ ਸੀ ਵੀ 16-30 ਦੇ ਹੀ ਕੰਪਨੀ ਦੇ ਵਿੱਚ ਲਾ ਕੇ ਦਿੰਦੀ ਹੈ ਅਤੇ 80 HP 'ਚ ਵੀ 16-30 ਦਾ ਹੀ ਹੈ ਹੁਣ ਕਰਦੇ ਹਾਂ ਆਪਾਂ ਬੈਕ ਹਿੱਸੇ ਦੇ ਫੀਚਰਾਂ ਦੀ ਗੱਲ ਸਭ ਤੋਂ ਪਹਿਲਾਂ 4-wall ਡਿਸਟ੍ਰੀਬਿਊਟਰ ਮਿਲ ਜਾਂਦਾ ਦੋਨੋਂ ਡਿਸਟ੍ਰੀਬਿਊਟਰ ਲੀਵਰ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ ਨਾਲ ਹੀ ਦਿੱਤੇ ਹੋਏ ਨੇ ਕੰਪਨੀ ਨੇ ਬੈਕ ਹਿੱਸੇ ਦਾ ਬਰੀਥਰ ਆ ਜਾਂਦਾ ਜੀ ਬੈਕ ਕਨੈਕਸ਼ਨ ਲਈ ਜਿਹੜਾ ਪਲੱਗ ਹੈ ਉਹ ਆ ਜਾਂਦਾ ਜੀ ਪਿੱਛੇ ਟ੍ਰੇਲਰ ਵਗੈਰਾ 'ਤੇ ਜਿਵੇਂ ਲਾਈਟਾਂ ਵਗੈਰਾ ਕਰਦੀਆਂ ਡੰਡੇ ਦਾ ਹੋਲਡਰ ਆ ਜਾਂਦਾ ਅਤੇ PTO ਦੇ ਉੱਤੇ ਗਾਰਡ ਹੁੰਦਾ ਹੁੱਕ ਨਾਲ ਕੰਪਨੀ ਇਹਦੇ 'ਚ ਲਾ ਕੇ ਦਿੰਦੀ ਹੈ ਅਤੇ ਜੇ ਲਿਫਟ ਦੀ ਗੱਲ ਕਰੀਏ ਲਿਫਟ ਦੇ ਪਾਸੇ ਦੋਵੇਂ ਐਡਜਸਟਮੈਂਟ ਵਾਲੇ ਜੈੱਕ ਆਪਾਂ ਨੂੰ ਲੱਗੇ ਹੋਏ ਮਿਲਦੇ ਨੇ ਅਤੇ ਨਾਲ ਹੀ ਲਿਫਟ ਦੇ ਜਿਹੜੇ ਬੂਸਟਰ ਨੇ ਉਹ ਵੀ ਮਿਲਦੇ ਨੇ ਲਿਫਟ ਕਪੈਸਿਟੀ ਦੀ ਜੇ ਗੱਲ ਕਰੀਏ 3850 ਕਿਲੋ ਦੀ ਲਿਫਟ ਕਪੈਸਿਟੀ ਹੈ ਅਤੇ ਸਾਈਡ ਵਾਲੇ ਜਿਹੜੇ ਸਟੈਪਲਾਈਜ਼ਰ ਨੇ ਉਹ ਵੀ ਆਪਾਂ ਨੂੰ ਚੂੜੀ ਦੇ ਨਾਲੇ ਦੇ ਮਿਲ ਜਾਂਦੇ ਨੇ ਹੈਵੀ ਡਿਊਟੀ ਲਿੰਕਾਂ ਮਿਲਦੀਆਂ ਨੇ ਇੱਕ ਹੋਰ ਫੀਚਰ ਇਹਦੇ ਟਰੈਕਟਰ ਵਿੱਚ ਖਾਸੀਅਤ ਜਿਹੜੀ ਜਿਵੇਂ ਆਪਾਂ ਟਰੈਕਟਰ ਘਰ ਦੇ ਵਿੱਚ ਖਿਲਾ ਰਹੇ ਹਾਂ ਆਪਣੇ ਬੱਚੇ ਉੱਤੇ ਬਹਿ ਜਾਂਦੇ ਨੇ ਜਾਂ ਪਿੱਛੇ ਕੋਈ ਇੰਪਲੀਮੈਂਟ ਪਿਆ ਹੈ ਅਤੇ ਉਹ ਕੀ ਕਰਦੇ ਨੇ ਲਿਫਟ ਵਾਲੇ ਜਿਹੜੇ ਲੀਵਰ ਨੇ ਉਹਨਾਂ ਨੂੰ ਥੱਲੇ ਕਰ ਦਿੰਦੇ ਨੇ ਪਿੱਛੇ ਕੋਈ ਬੱਚਾ ਖੇਡਦਾ ਪਿਆ ਕੋਈ ਸਮਾਨ ਪਿਆ ਉਹਦੇ ਉੱਤੇ ਆ ਕੇ ਜਿਹੜਾ ਵੀ ਇੰਪਲੀਮੈਂਟ ਪਿੱਛੇ ਆਪਾਂ ਪਾਇਆ ਉਹ ਰੱਖਿਆ ਜਾਏ ਤਾਂ ਉਹ ਚੀਜ਼ ਦਾ ਨੁਕਸਾਨ ਹੋ ਸਕਦਾ ਪਰ ਇਸ ਸੈਕਟਰ ਦੇ ਵਿੱਚ ਐਵੇਂ ਦਾ ਸਿਸਟਮ ਨਹੀਂ ਹੈਗਾ ਇਹ ਜਿੰਨਾ ਚਿਰ ਟਰੈਕਟਰ ਸਟਾਰਟ ਨਹੀਂ ਹੋਏਗਾ ਉਹਨਾਂ ਚਿਰ ਜਿਹੜੀ ਇਹਦੀ ਲਿਫਟ ਹੈ ਨੀਚੇ ਨਹੀਂ ਆਉਣੀ ਅਤੇ ਸਟਾਰਟ ਹੋ ਗਈ ਉੱਪਰ ਜਾਏਗੀ ਅਤੇ ਸਟਾਰਟ ਹੋ ਗਈ ਨੀਚੇ ਆਏਗੀ ਹਾਂ ਨੀਚੇ ਨੂੰ ਪ੍ਰੈਸ਼ਰ ਨਹੀਂ ਦੇਗੀ ਸਿਰਫ ਨੀਚੇ ਆਏਗੀ ਬੈਕ ਲਾਈਟ ਮਰਗਾਰਡ ਦੇ ਨਾਲ ਲੱਗੀ ਹੋਈ ਮਿਲ ਜਾਂਦੀ ਹੈ ਜੇ ਇਹਦੀ PTO ਹਾਰਸ ਪਾਵਰ ਦੀ ਆਪਾਂ ਗੱਲ ਕਰੀਏ PTO ਹਾਰਸ ਪਾਵਰ ਇਹ ਦਿੰਦਾ ਹੈ ਜੀ ਆਪਾਂ ਨੂੰ 1.70 HP ਪ੍ਰੋਵਾਈਡ ਕਰਦਾ 69 ਕਹਿ ਲਓ ਜਿਹਨੂੰ ਅਤੇ ਕਾਫੀ ਜ਼ਿਆਦਾ ਹੈ ਮਤਲਬ ਨਾਲੋਂ 75 HP ਦਾ ਟਰੈਕਟਰ ਸਿਰਫ 6 HP ਮਾਈਨਸ ਹੁੰਦੀਆਂ ਨੇ ਵਿੱਚੋਂ ਅਤੇ 59 HP ਤੱਕ ਦਾ ਜਿਹੜੀ ਇਹਦੀ ਮਤਲਬ ਆਪਾਂ ਨੂੰ ਦਿੰਦਾ ਇਹ PTO ਪਾਵਰ ਪ੍ਰੋਵਾਈਡ ਕਰਦਾ ਵੀ ਇਹਦੇ 'ਚ ਰਿਵਰਸ ਨਾ ਦੇਣ ਦਾ ਮੇਨ ਕਾਰਨ ਇਹ ਵੀ ਇਹ ਕੰਪਨੀਆਂ ਦੀ ਵੀ ਸਾਡੇ ਟਰੈਕਟਰ ਨੂੰ ਰਿਵਰਸ PTO ਦੀ ਜ਼ਰੂਰਤ ਹੀ ਨਹੀਂ ਹੈ ਇਹਦੇ 'ਚ ਪਾਵਰ ਹੀ ਇੰਨੀ ਜ਼ਿਆਦਾ ਵੀ ਇਹਨੇ ਇਹਨਾਂ ਨੂੰ ਹੀ ਗੇੜਾ ਦੇ ਦੇਣਾ ਬੈਕ ਦੇਣ ਦੀ ਲੋੜ ਹੀ ਨਹੀਂ ਹੈ ਅਤੇ 4 ਟਾਇਰਾਂ ਦੀ ਬ੍ਰੇਕ 'ਚ ਮੈਂ ਤੁਹਾਨੂੰ ਦੱਸ ਸਕਿਆ ਮੈਂ ਇੱਕ ਚੀਜ਼ ਹੋਰ ਹੈ ਕਈ ਬੰਦੇ ਪੁੱਛਣਗੇ ਕਮੈਂਟ ਕਰਕੇ ਵੀ 4 ਟਾਇਰਾਂ ਦੀ ਜਿਵੇਂ 80 HP ਦੇ ਵਿੱਚ ਪਹਿਲਾਂ ਸਿਸਟਮ ਦਿੱਤਾ ਹੁੰਦਾ ਸੀ ਪੁਰਾਣੇ ਮਾਡਲ ਦੇ ਵਿੱਚ ਵੀ ਇੱਥੇ ਔਨ ਆਫ ਕਰਨ ਲਈ ਵੀ ਫਰੰਟ ਟਾਇਰਾਂ ਦੀ ਬ੍ਰੇਕ ਆਪਾਂ ਲਾਣੀ ਹੈ ਕਿ ਨਹੀਂ ਲਾਣੀ ਪਰ ਇਹਦੇ ਵਿੱਚ ਉਹ ਸਿਸਟਮ ਖਤਮ ਕਰ ਦਿੱਤਾ ਇਹਦਾ ਜਿਹੜਾ CPU ਹੈ ਉਹ ਆਪਣੇ ਆਪ ਹੀ ਮਤਲਬ ਨਾਲੋ ਵੀ ਸਿਸਟਮ ਹੈ ਜਿਹੜਾ ਚਲਾਏਗਾ ਬ੍ਰੇਕ ਦਾ ਅਤੇ ਜਦੋਂ ਬ੍ਰੇਕ ਆਪਾਂ ਖੋਲ੍ਹ ਲਵਾਂਗੇ ਅਤੇ ਸਿੰਗਲ ਬ੍ਰੇਕ ਦੱਬਾਂਗੇ ਤਾਂ ਸਿੰਗਲ ਟਾਇਰ ਦੀ ਹੀ ਬ੍ਰੇਕ ਲੱਗੇਗੀ ਫਰੰਟ ਟਾਇਰ ਦੀ ਬ੍ਰੇਕ ਨਹੀਂ ਉਹਦੇ ਨਾਲ ਲੱਗੇਗੀ ਅਤੇ ਇੱਕ ਚੀਜ਼ ਹੋਰ ਹੈ ਇਹਦੇ ਵਿੱਚ ਜਿਹੜਾ ਟੈਂਕੀ 'ਚੋਂ ਡੀਜ਼ਲ ਹੁੰਦਾ ਪਿੱਛੇ ਸਲੋ ਮੋਟਰ ਹੈ ਅੱਗੇ ਹਾਈ ਮੋਟਰ ਹੈ ਹਾਈ ਮੋਟਰ ਸਲੋ ਮੋਟਰ ਜਿਹੜੀ ਡੀਜ਼ਲ ਨੂੰ ਟੈਂਕੀ 'ਚੋਂ ਖਿੱਚਦੀ ਹਾਈ ਮੋਟਰ ਜਿਹੜੀ ਇਹਦੀ ਕੋਮਨ ਰੇਲ ਹੈ ਡੀਜ਼ਲ ਵਾਲੀ ਕਿਉਂਕਿ ਕੋਮਨ ਇਹਦੇ ਵਿੱਚ ਡਾਇਰੈਕਟ ਇੰਜੈਕਸ਼ਨ ਹੀ ਹੁੰਦਾ ਕੋਮਨ ਡਾਇਰੈਕਟ ਇੰਜੈਕਸ਼ਨ ਜਿਹੜੇ CID ਇੰਜਨ ਹੁੰਦੇ ਨੇ ਇਹਦੇ ਵਿੱਚ ਨੋਜ਼ਲਾਂ ਵਾਲਾ ਕੰਮ ਨਹੀਂ ਹੁੰਦਾ ਉਹ ਆਪਣੇ ਆਪ ਅਲੱਗ ਅਲੱਗ ਸੈਂਸਰ ਹੈ ਹਰ ਇੱਕ ਨੋਜ਼ਲ ਦਾ ਕਹਿ ਲਓ ਤੁਸੀਂ ਇੰਜੈਕਟਰ ਦਾ ਕਹਿ ਲਓ ਉਹਨੇ ਆਪਣੇ ਹਿਸਾਬ ਨਾਲ ਤੇਲ ਖਿੱਚਣਾ ਜਿਵੇਂ ਟਰੈਕਟਰ ਪਰਫੋਰਮੈਂਸ ਦੇ ਦਿੰਦੇ ਆ ਸਾਈਡ ਦਾ ਟੂਲ ਬਾਕਸ ਆ ਜਾਂਦਾ ਸਮਾਨ ਵਗੈਰਾ ਰੱਖਣ ਲਈ ਬੜੇ ਸੋਹਣੇ ਤਰੀਕੇ ਦੇ ਨਾਲ ਕੰਪਨੀ ਨੇ ਲਾ ਕੇ ਦਿੱਤਾ ਆ ਪਲੇਟਫਾਰਮ ਤੇ ਮੈਟ ਲੱਗਾ ਹੋਇਆ ਹੁੰਦਾ ਮੈਟ ਦਾ ਕਲਰ ਚੇਂਜ ਹੈ ਕਿਉਂਕਿ 80 HP ਦਾ ਬਲੈਕ ਆਉਂਦਾ ਸੀ ਇਹਦੇ 'ਚ ਇਹ ਚੀਜ਼ ਗ੍ਰੇ ਕਰਤੀ ਹੈ ਅਤੇ ਡਿਫਰੈਂਸ਼ੀਅਲ ਲੋਕ ਆਉਂਦਾ 4 ਟਾਇਰਾਂ ਦੇ ਨਾਲ ਅਤੇ 4 ਟਾਇਰ ਵੀ ਜੇ ਮਤਲਬ ਆਪਾਂ 4x4 ਲਾ ਕੇ ਜੇ ਤਾਂ ਡਿਫਰੈਂਸ਼ੀਅਲ ਲੋਕ ਲਾਵਾਂਗੇ ਤਾਂ 4 ਟਾਇਰਾਂ ਦੇ ਵੀ ਮਤਲਬ ਇਕੱਠਾ ਜ਼ੋਰ ਲਾਏਗਾ ਜੇ 4x4 ਨਹੀਂ ਲਾਇਆ ਹੋਇਆ ਫਿਰ ਪਿਛਲਿਆਂ ਦਾ ਲਾਏਗਾ ਅਤੇ ਸਟੀਅਰਿੰਗ ਦੀ ਜੇ ਆਪਾਂ ਗੱਲ ਕਰੀਏ ਤਾਂ ਸਟੀਅਰਿੰਗ ਦੀ ਰਾਡ ਹੈ ਜਿਹੜੀ ਕਾਫੀ ਜ਼ਿਆਦਾ ਹੈਵੀ ਡਿਊਟੀ ਹੁੰਦੀ ਹੈ ਇਸ ਸਾਈਡ ਵੀ ਸਟੀਅਰਿੰਗ ਦਾ ਜਿਹੜਾ
पर ये कट्ठे वाला सिस्टम नहीं है, दोवों का अलग अलग है। तो बाकी ट्रैक्टर की लुक पुराने मॉडल नालों मतलब ला लो भी बहुत ज़्यादा ही डिफरेंट करती है। ये ट्रैक्टर पुराने मॉडल के अकॉर्डिंग जो आप वेख के चलीए तो यह ज़्यादा सोहना लगता है। तो जो नवे मॉडल असी एच पी के हिसाब से भी वेखीए तो यह ट्रैक्टर ज़्यादा सोहना लगता है। हाँ प्राइस यद आप अजय नहीं दस सकते कि प्राइस यदा मार्केट तो बाद डीलर ही कॉन्टैक्ट करना पेगा प्राइस के बारे, प्राइस की आप कोई भी डिटेल्स नहीं देंगे। तो यह सारिया डिटेल्स सन ड्यूज़ फार 40 SE ई एग्रोमैक्स के बारे जी मैं तुम्हें वीडियो के दसिया ने। हूँ इस तुम बाद ड्यूज़ फार 80 HP प्रोफीलाइन एग्रोलैक्स मॉडल की गल करांगे, वो तुम्हें अगली नैक्सट वीडियो के सारी वो इनफॉर्मेशन असं देने। तो इस वीडियो की करने समाप्ति, ठीक है जी, सत श्रीकाल जी। वीडियो चंगी लगी हो शेयर कर दिया जी, लाइक कर दिया जी, कमेंट कर दिया जी।